ਇਹ ਮਸਲਾ ਤਾਂ ਇਹ ਮਹੀਨੇ ਡੇਢ ਮਹੀਨੇ ਦਾ ਹੀ ਮਸਲਾ ਹੈਗਾ ਅਤੇ ਇਹਨਾਂ ਕੋਈ ਮਤਲਬ ਜਾਲੀ ਕੋਈ ਬੰਦਾ ਡਾਕੂਮੈਂਟ ਬਣਾ ਕੇ ਵੀਰਪਾਲ ਆਪਣਾ ਸਿੰਘ ਦੇ ਕੋਈ ਬੰਦਾ ਨਾਮ ਦੀ ਕੋਈ ਘਰ ਵਾਲੀ ਹੈ ਆਪਣਾ ਫਾਜ਼ਿਲਕਾ ਦਾ ਪਿੰਡ ਆ ਲਾਧੂ ਕਾ ਉੱਥੋਂ ਦਾ ਕੋਈ ਲੇਡੀਜ਼ ਆ ਇਹ ਅਤੇ ਮਤਲਬ ਜਾਲੀ ਡਾਕੂਮੈਂਟ ਬਣਾ ਕੇ ਪੈਨਸ਼ਨ ਲਵਾ ਰਿਹਾ ਸੀਗਾ ਅਤੇ ਜਦੋਂ ਫਾਰਮ CDO ਦਫ਼ਤਰ ਪਹੁੰਚੇ ਤਾਂ ਵੈਰੀਫਿਕੇਸ਼ਨ ਵਾਸਤੇ ਮੂਸੇ ਆਏ ਅਤੇ ਜਦੋਂ ਮੂਸੇ ਅਸੀਂ ਵੈਰੀਫਾਈ ਕੀਤੀ ਉਹਦੀ ਤਾਂ ਉਹ ਜਾਲੀ ਸੀ ਸਾਰਾ ਕੁਛ ਤਾਂ ਜਦੋਂ ਅਸੀਂ CDO ਦਫ਼ਤਰ ਪਹੁੰਚੇ ਸਾਰਾ ਰਿਕਾਰਡ ਕਢਾਇਆ ਤਾਂ ਮੋਹਰ ਕਿਹਨੇ ਲਾਈ ਸੀ ਮੋਹਰ ਵੀ ਜਾਲੀ ਸੀਗੀ ਤਾਂ ਉਸ ਕਰਕੇ CSB ਦਫ਼ਤਰ ਆਪਣੇ ਮਾਨਸਾ ਨਾਲ ਤਾਲਮੇਲ ਕੀਤਾ ਤਾਂ ਉਹਨਾਂ ਨੇ ਸਾਡੀ ਐਪਲੀਕੇਸ਼ਨ ਲੈ ਕੇ ਇਨਕੁਆਇਰੀ ਸ਼ੁਰੂ ਕਰਤੀ ਤਾਂ ਅਸੀਂ ਬੈਂਕ ਜਾ ਕੇ ਪਤਾ ਕੀਤਾ ਜਦੋਂ ਵੀ ਉਹ ਖਾਤਾ ਕਿਹੜੇ ਪਿੰਡ ਤੋਂ ਟ੍ਰਾਂਸਫਰ ਹੋਇਆ ਤਾਂ ਉਹ ਫਾਜ਼ਿਲਕਾ ਦਾ ਸੀਗਾ ਪਿੰਡ ਲਾਧੂਕਾ ਉੱਥੋਂ ਹੋਇਆ ਸੀ ਅਤੇ ਇਹ ਅੱਜ ਇਹਦੀ ਛਾਣਬੀਣ ਕਰਕੇ ਮੇਰੇ ਹਿਸਾਬ ਨਾਲ FIR ਹੋਈ ਹੈ ਅਤੇ ਇਹਦੀ ਅਗਲੀ ਜਿਹੜੀ ਛਾਣਬੀਣ ਹੋਣੀ ਹੈ ਅਗਲੇ ਦਿਨਾਂ 'ਚ ਪਤਾ ਲੱਗ ਜੂ ਵੀ ਕਿਹਨਾਂ ਨੇ ਕੀਤਾ ਗਾ ਅਤੇ ਉਹ ਪੁਲਿਸ ਲੱਗੀ ਹੋਈ ਹੈ ਸੋ ਇੰਨੀ ਕੁ ਮਸਲਾ ਸੀ ਜੀ। ਮੂਸਾ ਕੇਸ ਹੈ ਕਿਸੇ ਨਾ ਪਰਮਜੀਤ ਕੌਰ ਵਾਈਫ ਆਫ ਵੀਰਪਾਲ ਸਿੰਘ ਵਾਸੀ ਮੂਸਾ ਦੇ ਨਾਂ ਤੇ ਕਿਸੇ ਲੇਡੀ ਨੇ ਅੰਗਹੀਣ ਦੀ ਪੈਨਸ਼ਨ ਲਵਾਉਣ ਵਾਸਤੇ ਅਪਲਾਈ ਕੀਤਾ ਸੀ CDPO ਦਫ਼ਤਰ ਮਾਨਸਾ ਵਿੱਚ। ਉਹਨਾਂ ਨੇ ਸਰਪੰਚ ਦੀ ਮੋਹਰ ਤੇ ਦਸਤਖਤ ਵੀ ਜਾਲੀ ਕੀਤੇ, ਬਾਕੀ ਸਾਰੇ ਡਾਕੂਮੈਂਟ ਜਾਲੀ ਤਿਆਰ ਕੀਤੇ ਕਿਸੇ ਨਾਮ ਨੂੰ ਔਰਤ ਨੇ ਜਿਹੜੇ ਇਹਦੀ। ਫਿਰ ਜਦੋਂ ਉਹਦੇ ਸਰਪੰਚ ਪਿੰਡ 'ਚ ਪਤਾ ਲੱਗਿਆ ਸਰਪੰਚ ਦੇ ਘਰ ਆਏ ਨੇ ਲੇਡੀ ਸਰਪੰਚ ਹੈ ਚਰਨ ਕੌਰ, ਉਹਦੇ ਘਰ ਬਲਕੌਰ ਸਿੰਘ ਨੇ ਦਰਖਾਸਤ ਦਿੱਤੀ ਮਾਨਯੋਗ SSP ਸਾਹਿਬ ਨੂੰ, SSP ਸਾਹਿਬ ਨੇ ਅੱਗੇ ਡਿਪਟੀ ਸਾਹਿਬ ਨੇ ਇਹਦੀ ਪੜਤਾਲ ਕੀਤੀ ਤਾਂ ਇਹ ਸਾਰੇ ਡਾਕੂਮੈਂਟ ਜਾਲੀ ਪਾਏ ਗਏ, ਜਿਹਦੀ ਪੜਤਾਲ ਉਪਰੰਤ ਇਹ ਮਾਮਲਾ ਦਰਜ ਕੀਤਾ ਵੀ ਕਿਸੇ ਨਾਮ ਨੂੰ ਔਰਤ ਨੇ ਆਪਣੀ ਅੰਗਹੀਣ ਪੈਨਸ਼ਨ ਲਵਾਉਣ ਵਾਸਤੇ ਸਾਰਾ ਜਾਲੀ ਡਾਕੂਮੈਂਟ ਤਿਆਰ ਕੀਤੇ, ਜਿਸ ਸੰਬੰਧੀ ਅਸੀਂ FIR ਦਰਜ ਕਰ ਲਈ, ਅੱਗੇ ਤਫਤੀਸ਼ ਜਾਰੀ। ਇਹ ਮਸਲਾ ਤਾਂ ਇਹ ਮਹੀਨੇ ਡੇਢ ਮਹੀਨੇ ਦਾ ਹੀ ਮਸਲਾ ਹੈਗਾ ਅਤੇ ਇਹਨਾਂ ਕੋਈ ਮਤਲਬ ਜਾਲੀ ਕੋਈ ਬੰਦਾ ਡਾਕੂਮੈਂਟ ਬਣਾ ਕੇ ਵੀਰਪਾਲ ਆਪਣਾ ਸਿੰਘ ਦੇ ਕੋਈ ਬੰਦਾ ਨਾਮ ਦੀ ਕੋਈ ਘਰ ਵਾਲੀ ਹੈ ਆਪਣਾ ਫਾਜ਼ਿਲਕਾ ਦਾ ਪਿੰਡ ਆ ਲਾਧੂ ਕਾ ਉੱਥੋਂ ਦਾ ਕੋਈ ਲੇਡੀਜ਼ ਆ ਇਹ ਅਤੇ ਮਤਲਬ ਜਾਲੀ ਡਾਕੂਮੈਂਟ ਬਣਾ ਕੇ ਪੈਨਸ਼ਨ ਲਵਾ ਰਿਹਾ ਸੀਗਾ ਅਤੇ ਜਦੋਂ ਫਾਰਮ CDO ਦਫ਼ਤਰ ਪਹੁੰਚੇ ਤਾਂ ਵੈਰੀਫਿਕੇਸ਼ਨ ਵਾਸਤੇ ਮੂਸੇ ਆਏ ਅਤੇ ਜਦੋਂ ਮੂਸੇ ਅਸੀਂ ਵੈਰੀਫਾਈ ਕੀਤੀ ਉਹਦੀ ਤਾਂ ਉਹ ਜਾਲੀ ਸੀ ਸਾਰਾ ਕੁਛ ਤਾਂ ਜਦੋਂ ਅਸੀਂ CDO ਦਫ਼ਤਰ ਪਹੁੰਚੇ ਸਾਰਾ ਰਿਕਾਰਡ ਕਢਾਇਆ ਤਾਂ ਮੋਹਰ ਕਿਹਨੇ ਲਾਈ ਸੀ ਮੋਹਰ ਵੀ ਜਾਲੀ ਸੀਗੀ ਤਾਂ ਉਸ ਕਰਕੇ CSB ਦਫ਼ਤਰ ਆਪਣੇ ਮਾਨਸਾ ਨਾਲ ਤਾਲਮੇਲ ਕੀਤਾ ਤਾਂ ਉਹਨਾਂ ਨੇ ਸਾਡੀ ਐਪਲੀਕੇਸ਼ਨ ਲੈ ਕੇ ਇਨਕੁਆਇਰੀ ਸ਼ੁਰੂ ਕਰਤੀ ਤਾਂ ਅਸੀਂ ਬੈਂਕ ਜਾ ਕੇ ਪਤਾ ਕੀਤਾ ਜਦੋਂ ਵੀ ਉਹ ਖਾਤਾ ਕਿਹੜੇ ਪਿੰਡ ਤੋਂ ਟ੍ਰਾਂਸਫਰ ਹੋਇਆ ਤਾਂ ਉਹ ਫਾਜ਼ਿਲਕਾ ਦਾ ਸੀਗਾ ਪਿੰਡ ਲਾਧੂਕਾ ਉੱਥੋਂ ਹੋਇਆ ਸੀ ਅਤੇ ਇਹ ਅੱਜ ਇਹਦੀ ਛਾਣਬੀਣ ਕਰਕੇ ਮੇਰੇ ਹਿਸਾਬ ਨਾਲ FIR ਹੋਈ ਹੈ ਅਤੇ ਇਹਦੀ ਅਗਲੀ ਜਿਹੜੀ ਛਾਣਬੀਣ ਹੋਣੀ ਹੈ ਅਗਲੇ ਦਿਨਾਂ 'ਚ ਪਤਾ ਲੱਗ ਜੂ ਵੀ ਕਿਹਨਾਂ ਨੇ ਕੀਤਾ ਗਾ ਅਤੇ ਉਹ ਪੁਲਿਸ ਲੱਗੀ ਹੋਈ ਹੈ ਸੋ ਇੰਨੀ ਕੁ ਮਸਲਾ ਸੀ ਜੀ। ਮੂਸਾ ਕੇਸ ਹੈ ਕਿਸੇ ਨਾ ਪਰਮਜੀਤ ਕੌਰ ਵਾਈਫ ਆਫ ਵੀਰਪਾਲ ਸਿੰਘ ਵਾਸੀ ਮੂਸਾ ਦੇ ਨਾਂ ਤੇ ਕਿਸੇ ਲੇਡੀ ਨੇ ਅੰਗਹੀਣ ਦੀ ਪੈਨਸ਼ਨ ਲਵਾਉਣ ਵਾਸਤੇ ਅਪਲਾਈ ਕੀਤਾ ਸੀ CDPO ਦਫ਼ਤਰ ਮਾਨਸਾ ਵਿੱਚ। ਉਹਨਾਂ ਨੇ ਸਰਪੰਚ ਦੀ ਮੋਹਰ ਤੇ ਦਸਤਖਤ ਵੀ ਜਾਲੀ ਕੀਤੇ, ਬਾਕੀ ਸਾਰੇ ਡਾਕੂਮੈਂਟ ਜਾਲੀ ਤਿਆਰ ਕੀਤੇ ਕਿਸੇ ਨਾਮ ਨੂੰ ਔਰਤ ਨੇ ਜਿਹੜੇ ਇਹਦੀ। ਫਿਰ ਜਦੋਂ ਉਹਦੇ ਸਰਪੰਚ ਪਿੰਡ 'ਚ ਪਤਾ ਲੱਗਿਆ ਸਰਪੰਚ ਦੇ ਘਰ ਆਏ ਨੇ ਲੇਡੀ ਸਰਪੰਚ ਹੈ ਚਰਨ ਕੌਰ, ਉਹਦੇ ਘਰ ਬਲਕੌਰ ਸਿੰਘ ਨੇ ਦਰਖਾਸਤ ਦਿੱਤੀ ਮਾਨਯੋਗ SSP ਸਾਹਿਬ ਨੂੰ, SSP ਸਾਹਿਬ ਨੇ ਅੱਗੇ ਡਿਪਟੀ ਸਾਹਿਬ ਨੇ ਇਹਦੀ ਪੜਤਾਲ ਕੀਤੀ ਤਾਂ ਇਹ ਸਾਰੇ ਡਾਕੂਮੈਂਟ ਜਾਲੀ ਪਾਏ ਗਏ, ਜਿਹਦੀ ਪੜਤਾਲ ਉਪਰੰਤ ਇਹ ਮਾਮਲਾ ਦਰਜ ਕੀਤਾ ਵੀ ਕਿਸੇ ਨਾਮ ਨੂੰ ਔਰਤ ਨੇ ਆਪਣੀ ਅੰਗਹੀਣ ਪੈਨਸ਼ਨ ਲਵਾਉਣ ਵਾਸਤੇ ਸਾਰਾ ਜਾਲੀ ਡਾਕੂਮੈਂਟ ਤਿਆਰ ਕੀਤੇ, ਜਿਸ ਸੰਬੰਧੀ ਅਸੀਂ FIR ਦਰਜ ਕਰ ਲਈ, ਅੱਗੇ ਤਫਤੀਸ਼ ਜਾਰੀ।